ਇਹ ਨੇ ਜੀ ਮਨਜੀਤ ਸਿੰਘ ਜੀ, ਇਹਨਾਂ ਦੀ ਜ਼ਿੰਦਗੀ 'ਚ ਦੋ ਚੀਜ਼ਾਂ ਨੇ, ਇੱਕ ਇਹਨਾਂ ਦਾ ਮੁੰਡਾ ਅਤੇ ਦੂਜਾ ਇਹਨਾਂ ਦਾ ਸਕੂਟਰ। ਔਰ ਮਜ਼ੇ ਦੀ ਗੱਲ ਇਹ ਹੈ ਵੀ ਦੋਵੇਂ ਨਹੀਂ ਚੱਲਦੇ, ਸਕੂਟਰ ਸੜਕ 'ਤੇ ਅਤੇ ਮੁੰਡਾ ਪੜ੍ਹਾਈ 'ਚ। ਪੁੱਤਰ ਵੇਖੇ ਖੁਆਬ, ਪਿਓ ਨੂੰ ਦੇਵੇ ਜਵਾਬ, ਪਰ ਕੀ ਪਿਓ ਸਮਝੇਗਾ ਆਪਣੇ ਪੁੱਤਰ ਦੀ ਇੱਛਾ, ਕੀ ਪੂਰਾ ਹੋਗਾ ਜੈਵੀਰ ਦਾ ਖੁਆਬ। ਕਾਮਿਕ ਸੁਪਰ ਸਟਾਰ ਕਪਿਲ ਸ਼ਰਮਾ ਤੇ ਗੁਰਪ੍ਰੀਤ ਗੁੱਗੀ ਤੁਹਾਡੇ ਪਰਿਵਾਰ ਲਈ ਲੈ ਆਏ ਹਨ ਸਨ ਆਫ ਮਨਜੀਤ ਸਿੰਘ। ਇਸ ਫਿਲਮ ਦੇ ਟ੍ਰੇਲਰ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹੋਏ ਅਸੀਂ ਦੱਸਨੇ ਆ ਕਿ ਟ੍ਰੇਲਰ ਵਿੱਚ ਕੀ ਹੈ। ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਗੁਰਪ੍ਰੀਤ ਗੁੱਗੀ ਯਾਨੀ ਮਨਜੀਤ ਸਿੰਘ ਦੇ ਇੰਟਰੋਡਕਸ਼ਨ ਨਾਲ। ਮਨਜੀਤ ਸਿੰਘ ਦੀ ਲਾਈਫ ਵਿੱਚ ਦੋ ਸਭ ਤੋਂ ਵੱਡੀ ਪ੍ਰੋਬਲਮਸ ਹੈ, ਇੱਕ ਉਹਨਾਂ ਦਾ ਸਕੂਟਰ ਤੇ ਦੂਜਾ ਉਹਨਾਂ ਦਾ ਪੁੱਤਰ, ਔਰ ਦੋਵੇਂ ਚੱਲਦੇ ਨਹੀਂ ਯਾਨੀ ਫੇਲ ਹਨ। ਮਨਜੀਤ ਸਿੰਘ ਦਾ ਪੁੱਤਰ ਜੈਵੀਰ ਯਾਨੀ ਦਮਨਪ੍ਰੀਤ ਸਿੰਘ ਖੇਡ ਕੂਦ ਔਰ ਖਾਸ ਕਰਕੇ ਕ੍ਰਿਕਟ ਵਿੱਚ ਤੇ ਅਵਲ ਹੈ, ਪਰ ਪੜ੍ਹਾਈ ਵਿੱਚ ਨਕਲ ਕਰਕੇ ਵੀ ਫੇਲ ਹੈ। ਜਿੱਥੇ ਮਨਜੀਤ ਸਿੰਘ ਉਧਾਰ ਚੁੱਕ ਚੁੱਕ ਕੇ ਆਪਣੇ ਪੁੱਤਰ ਦੀ ਪੜ੍ਹਾਈ ਕਰਾਉਂਦਾ ਹੈ, ਉੱਥੇ ਹੀ ਜੈਵੀਰ ਕ੍ਰਿਕਟ ਫੀਲਡ ਤੇ ਸੈਂਚੁਰੀ ਤੇ ਸੈਂਚੁਰੀ ਮਾਰਦਾ ਹੈ। ਫਿਲਮ ਦਾ ਟ੍ਰੇਲਰ ਆਪਣੇ ਆਪ ਵਿੱਚ ਹੀ ਇੱਕ ਸ਼ਾਰਟ ਮੂਵੀ ਤੋਂ ਘੱਟ ਨਹੀਂ ਹੈ। ਇਸ ਵਿੱਚ ਫਿਲਮ ਦੀ ਮੂਲ ਕਹਾਣੀ ਐਸਟੈਬਲਿਸ਼ ਹੋ ਜਾਂਦੀ ਹੈ ਕਿ ਕਿਵੇਂ ਮਾਂ ਪਿਓ ਆਪਣੀ ਇੱਛਾ ਤੇ ਸੁਪਨੇ ਤੋਂ ਆਪਣੇ ਬੱਚਿਆਂ ਦੇ ਪੰਖ ਕੱਟ ਦਿੰਦੇ ਹਨ। ਟ੍ਰੇਲਰ ਵਿੱਚ ਕਈ ਸ਼ਾਰਟਸ ਹਨ ਜੋ ਕਿ ਇਹ ਗੱਲ ਐਸਟੈਬਲਿਸ਼ ਕਰਦੀ ਹੈ। ਜਦੋਂ ਮਨਜੀਤ ਸਿੰਘ ਆਪਣੇ ਪੁੱਤਰ ਦਾ ਫੇਵਰੇਟ ਬੈਟ ਤੋੜ ਦਿੰਦਾ ਹੈ, ਜਦੋਂ ਜੈਵੀਰ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਤੇ ਭੱਜੀ ਯੁਵਰਾਜ ਬਣਨ ਨਿਕਲਿਆ ਸੀ ਤੇ ਹੁਣ ਉਹਨਾਂ ਦੇ ਕਰਕੇ ਕਲਰਕ ਬਣ ਜਾਊਗਾ, ਜਾਂ ਜਦੋਂ ਮਨਜੀਤ ਸਿੰਘ ਆਪਣੇ ਪੁੱਤਰ ਨੂੰ ਜਾਨਵਰ ਤੋਂ ਬੱਤਰ ਹੋਣ ਦਾ ਤਾਨਾ ਮਾਰਦਾ ਹੈ। ਉਹ ਤੇਰੇ ਨਾਲੋਂ ਜਾਨਵਰ ਚੰਗੇ ਹੁੰਦੇ ਨੇ, ਸਮਝਾਈਏ ਸਮਝ ਜਾਂਦੇ, ਸਿਖਾਈਏ ਸਿੱਖ ਜਾਂਦੇ। ਤਾਂ ਤੁਸੀਂ ਵੀ ਕਿੱਥੇ ਨਾ ਕਿੱਥੇ ਇਸ ਗੱਲ ਤੋਂ ਜ਼ਰੂਰ ਰਿਲੇਟ ਕਰੋਗੇ। ਇਹ ਫਿਲਮ ਪ੍ਰਯਾਸ ਹੈ ਇੱਕ ਜਨਰੇਸ਼ਨ ਗੈਪ ਨੂੰ ਸਮਝਣ ਦੇ ਲਈ, ਉਸ ਗੈਪ ਨੂੰ ਬ੍ਰਿਜ ਕਰਨ ਲਈ। ਟ੍ਰੇਲਰ ਦੇ ਐਂਡ ਵਿੱਚ ਗੁੱਗੀ ਪਾਜੀ ਦਾ ਇੱਕ ਡਾਇਲੋਗ ਸਭ ਤੋਂ ਜ਼ਿਆਦਾ ਇੰਪੈਕਟਫੁਲ ਲੱਗਦਾ ਹੈ। ਨਿੱਕੇ ਨਿੱਕੇ ਬੱਚਿਆਂ ਦੇ ਤੋਤਲੇ ਬੋਲ ਕਿੰਨੇ ਚੰਗੇ ਲੱਗਦੇ ਆ ਸਾਨੂੰ, ਜਦੋਂ ਥੋੜੇ ਵੱਡੇ ਹੋ ਕੇ ਆਪਣੀ ਸਮਝ ਨਾਲ ਬੋਲਣਾ ਸ਼ੁਰੂ ਕਰਦੇ ਆ, ਉਹਨਾਂ ਹੀ ਬੱਚਿਆਂ ਦੇ ਬੋਲ ਸਾਨੂੰ ਬੁਰੇ ਲੱਗਣ ਲੱਗ ਪੈਂਦੇ ਆ। ਸਨ ਆਫ ਮਨਜੀਤ ਸਿੰਘ ਵਿੱਚ ਗੁਰਪ੍ਰੀਤ ਗੁੱਗੀ ਔਰ ਦਮਨਪ੍ਰੀਤ ਦੇ ਇਲਾਵਾ ਜਪਜੀ ਖੈਰਾ, ਬੀ ਐਨ ਸ਼ਰਮਾ ਤੇ ਕਰਮਜੀਤ ਅਨਮੋਲ ਵੀ ਇੰਪੋਰਟੈਂਟ ਰੋਲ ਵਿੱਚ ਨਜ਼ਰ ਆ ਰਹੇ ਹਨ। ਦਿਸ ਮੂਵੀ ਮਾਰਕਸ ਦ ਡੇਬਿਊ ਆਫ ਡਾਇਰੈਕਟਰ ਵਿਕਰਮ ਗਰੋਵਰ, ਐਂਡ ਦਿਸ ਫਿਲਮ ਆਲਸੋ ਮਾਰਕਸ ਕਪਿਲ ਸ਼ਰਮਾਜ਼ ਐਂਟਰੀ ਇਨ ਪੰਜਾਬੀ ਫਿਲਮ ਇੰਡਸਟਰੀ ਐਜ਼ ਅ ਪ੍ਰੋਡਿਊਸਰ। ਔਰ ਅਸੀਂ ਕੌਨਫੀਡੈਂਸ ਨਾਲ ਕਹਿ ਸਕਦੇ ਹਾਂ ਕਿ ਤੁਹਾਡੀ ਜੋ ਉਮਰ ਹੋ, ਇਹ ਤੁਹਾਡੇ ਦਿਲ ਨੂੰ ਛੂਏਗੀ ਛੂਏਗੀ। ਇਹ ਫਾਲਤੂ ਚੀਜ਼ਾਂ ਛੱਡ, ਪੜ੍ਹਾਈ ਤੇ ਜ਼ੋਰ ਦੇ। ਆ ਜਿਹੜੇ ਭੱਜੀ ਤੋਂ ਨਹੀਂ ਪੜ੍ਹਦੇ ਨਾ, ਇਹਨਾਂ ਚੋਂ ਕਿਸੇ ਨੇ BA ਨਹੀਂ ਪਾਸ ਕੀਤੀ। ਪਰ ਇਹਨਾਂ ਦੇ ਡਰਾਈਵਰ ਸਾਰੇ MA ਪਾਸ ਨੇ। ਤੇ ਤੁਸੀਂ ਹੁਣ ਤੋਂ ਹੀ ਮਾਰਕ ਕਰ ਲਓ 12 ਅਕਤੂਬਰ ਨੂੰ ਆਪਣੇ ਕੈਲੰਡਰ ਵਿੱਚ, ਕਿਉਂਕਿ ਤੁਸੀਂ ਆਪਣੇ ਪਰਿਵਾਰ ਨਾਲ ਜਾਓਗੇ ਹੀ ਜਾਓਗੇ ਥੀਏਟਰ ਸਨ ਆਫ ਮਨਜੀਤ ਸਿੰਘ ਵੇਖਣ। ਤੇ ਫਿਲਮ ਦੀ ਟਿਕਟ ਕਿਵੇਂ ਬੁੱਕ ਕਰਨੀ ਹੈ, ਇਹ ਤਾਂ ਤੁਸੀਂ ਜਾਣਦੇ ਹੀ ਹੋ, ਬੁੱਕ ਮਾਈ ਸ਼ੋ ਹੈਗਾ ਨਾ।